ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਵਧੀਆ ਫਾਰਮ ਯੂਟਿਊਬ ਚੈਨਲ 'ਤੇ ਤੁਹਾਡਾ ਸਵਾਗਤ ਹੈ ਜੀ। ਕਿਸਾਨ ਵੀਰੋ, ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ, ਪਿੰਡ ਥੋਬਾ, ਤਹਿਸੀਲ ਅਜਨਾਲਾ ਅਤੇ ਜ਼ਿਲ੍ਹਾ ਅੰਮ੍ਰਿਤਸਰ, ਅੱਗੇ ਵੀ ਇਸ ਘਰ ਦੇ ਵਿੱਚ ਤੁਹਾਨੂੰ ਵੀਡੀਓ ਦਿਖਾਈ ਦੀਆਂ ਵਾ। ਅਤੇ ਅੱਜ ਵੀ ਤੁਹਾਨੂੰ ਜਿਹੜੀਆਂ ਦੋ ਗਾਵਾਂ ਤੁਹਾਨੂੰ ਦਿਖਾਉਣੀਆਂ, ਦੋਵੇਂ ਨੋਰਮਲ ਜਿਹੇ ਰੇਟ 'ਚ ਤੁਹਾਨੂੰ ਦਿਖਾਉਣੀਆਂ। ਗੱਲਬਾਤ ਹੁਣ ਆਪਾਂ ਵੀਡੀਓ ਨਾਲ ਕਰਦੇ ਹਾਂ ਅਤੇ ਪੁੱਛ ਰਹੇ ਹਾਂ ਸਾਰੀ ਡਿਟੇਲ। ਹਾਂਜੀ ਵੀਰ ਜੀ, ਸਤਿ ਸ਼੍ਰੀ ਅਕਾਲ ਜੀ। ਵੀਡੀਓ ਠੀਕ ਠਾਕ ਜੀ? ਵਧੀਆ ਵਧੀਆ, ਤੁਸੀਂ ਦੱਸੋ। ਬਹੁਤ ਵਧੀਆ, ਤੁਸੀਂ ਸੁਣਾਓ? ਚਲੋ ਵਧੀਆ ਚਾਹੀਦਾ ਜੀ। ਵਿਕ ਗਿਆ ਫਿਰ ਪਿਛਲਾ ਮਾਲ? ਉਸੇ ਵੇਲੇ ਆ ਕੁੜੀ ਜੀ। ਅੱਛਾ, ਹਾਂਜੀ। ਉਦਣ ਤੇ ਵੈੜਾਂ ਵੀ ਚੰਗੀਆਂ ਸੀ ਤੇ ਭਾਅ ਵੀ ਜਾਇਜ਼ ਸੀ ਬਹੁਤ। ਇੱਕ ਤੇ ਵੈੜ ਦੂਰ ਹੀ ਬੜੀ ਗਈ ਜੀ। ਕਿੱਥੇ ਘੱਲਤੀ ਜੀ? ਯੂਪੀ ਗਈ ਜੀ। ਅੱਛਾ, ਯੂਪੀ ਘੱਲੀ ਜੀ? ਹਾਂਜੀ ਹਾਂਜੀ। ਤੇ ਆਪ ਲੈਣ ਆਏ ਸੀ ਉਹ? ਫਿਰ ਉਹ ਇੱਥੇ ਲੁਧਿਆਣੇ ਮਾਲ ਡੈਂਪ ਕਰਕੇ ਫਿਰ ਗੱਡੀ ਯੂਪੀ। ਅੱਛਾ, ਗੱਡੀ ਭਰ ਕੇ ਖੜਦੇ ਜੀ? ਗੱਡੀ ਭਰ ਕੇ ਖੜਦੇ ਜੀ। ਠੀਕ ਹੈ। ਹਾਂਜੀ। ਤੇ ਭਾਅ ਅੱਜ ਵੀ ਜਾਇਜ਼? ਭਾਅ ਅੱਜ ਵੀ ਜਾਇਜ਼ ਜੀ। ਠੀਕ ਹੈ। ਤੇ ਚਲੋ ਨਾਮ ਦੱਸਦੇ ਕਰੀ ਆਪਣਾ। ਵੀਰ ਜੀ, ਪਿੰਡ ਆਪਣਾ ਥੋਬਾ ਹੈ, ਨਾਮ ਅਬੂ ਥੋਬੇ ਵਾਲਾ, ਤਹਿਸੀਲ ਅਜਨਾਲਾ, ਜ਼ਿਲ੍ਹਾ ਅੰਮ੍ਰਿਤਸਰ, ਪਿੰਡ ਥੋਬਾ। ਠੀਕ ਹੈ ਜੀ। ਹਾਂਜੀ ਜੀ। ਤੇ ਪਹਿਲਾਂ ਕਿਹੜੀ ਦਿਖਾ ਦਈਏ? ਪਹਿਲਾਂ ਹੀ ਦਿਖਾ ਦਈਏ ਫਿਰ? ਦੋਵੇਂ ਚੰਗੀਆਂ, ਜਿਹੜੀ ਮਰਜ਼ੀ ਵਿਖਾ ਲਓ। ਚਲੋ ਪਹਿਲਾਂ ਫਿਰ ਆਹੀ ਕਾਲੀ ਦਿਖਾ ਦਿੰਦੇ। ਕਾਲੀ ਵਿਖਾ ਲਓ। ਆਹ ਦੇਖ ਸਕਦੇ, ਬਾਕੀ ਹਵਾਨੇ ਤੇ ਨਾੜਾਂ ਜਿਹੜੀਆਂ ਬਰੀਕ ਬਰੀਕ ਸੋਹਣੀਆਂ। ਹਵਾਨਾ ਜਿਹੜਾ ਅਜੇ ਭਰਨ ਦਈ ਆ। ਬਿਆਨੀ ਵਾਲੇ ਪਾਸੇ ਤਾਂ ਥਾਣੇ ਦੇ ਦੇਖ ਸਕਦੇ, ਹਵਾਨਾ ਗਾਹ ਨੂੰ ਵੀ ਦਹੀਂ ਤਿਆਰ ਕਰਨ ਅਤੇ ਹਵਾਨਾ ਪਛਾਣ ਨੂੰ ਵੀ ਤਿਆਰ ਕਰਨ ਦੀ। ਇਹਦਾ ਵੀਰ ਜੀ ਕਿਨਵਾ ਸੂਆ ਜੀ? ਖੋਲੋ ਹਾਂ ਫਿਰ ਤੋਰ ਦੀਏ ਕਰੀ। ਦੁੱਧ 15-15 ਕੁ ਲੀਟਰ ਦੇ ਕਰੀਬ ਜਿਹੜਾ ਕਹਿੰਦੇ ਕਿ ਚਵਾਈ ਜਾਊਗੀ। ਬਾਕੀ ਅਜੇ ਹਵਾਨਾ ਹੋਰ ਭਰਨਾ ਵਾ ਜੀ ਇਹਨੇ ਥੱਲੇ। ਲੈ ਜਾਓ ਵੀਰ ਜੀ, ਘੁੰਮਾਂਗੇ। ਤੇ ਕੀ ਫਿਰ ਮੁੱਲ ਰੱਖ ਦੇਣਾ ਜੀ ਵੀਰ ਜੀ ਇਹਦਾ? ਮੁੱਲ ਰੱਖੀਆ 33,000 ਰੁਪਇਆ ਜੀ। ਹੋ ਜੂ ਮਾਨਤਾ ਨਾ ਵਿੱਚੋਂ 30,000 ਤੇ 50,000 ਰੁਪਇਆ ਛੱਡ ਦਾਂਗੇ। ਅੱਛਾ, ਫਿਕਸ ਪ੍ਰਾਈਸ ਜੀ 30-34,000 ਛੱਡ ਦੋਗੇ? ਛੱਡ ਦੇਣਾ ਜੀ। ਅੱਛਾ, ਕੋ ਵੀਰ ਇਹਨਾਂ ਲਾਵੇ 28 ਵਾਲੇ 27 ਵਾਲੇ ਕੰਮ ਅੱਜ ਫਿਕਸ ਹੈ? ਅੱਜ ਫਿਕਸ ਪ੍ਰਾਈਸ ਕਰ ਦੇਣੇ। ਛੋਟ ਹੋਵੇ ਵਿੱਚ 100-200 ਕਿ ਨਹੀਂ? ਛੋਟ ਆ ਸਾਡੀ ਮਰਜ਼ੀ ਦੀ ਹੈ। ਅੱਛਾ, ਹਾਂਜੀ ਹਾਂਜੀ। ਤੇ ਜਿਹੜਾ ਫਿਕਸ ਪ੍ਰਾਈਸ ਇਹਦਾ 29,000 ਹੀ ਵੀਰ ਨੇ ਅੱਜ ਕਹਿਤਾ ਵਾ। ਆਹ ਦੇਖ ਸਕਦੇ ਜੀ, ਬਾਕੀ ਕੋਈ ਵੀਰ ਇੱਥੇ ਆ ਕੇ ਪਸੰਦ ਕਰਕੇ ਖੜੇ। ਅਤੇ ਹੁਣ ਜਿਹੜੀ ਤੁਹਾਨੂੰ ਦਿਖਾਉਣੀ ਆ ਦੂਸਰੇ ਨੰਬਰ 'ਤੇ, ਚੰਗੇ ਕੱਦ ਕਾਟਦੀ ਆ ਅਤੇ ਥਾਣੇ ਜਿਹੜਾ ਬੜਾ ਲਾਜਵਾਬ ਆ ਇਹਦੇ ਕੋਲ। ਹਾਂ ਦੇਖ ਸਕਦੇ, ਕਾਫੀ ਪਿਆਰਾ ਥਾਣੇ ਆ ਅਤੇ ਸਾਈਜ਼ ਵੀ ਥਾਣਾ ਦਾ ਜਿਹੜਾ ਚੰਗਾ ਆ। ਇਹਦਾ ਵੀ ਜੀ ਕਿੰਨਵਾਂ ਸੂਆ ਜੀ? ਜੀ ਦੂਜਾ ਸੂਆ ਟੁੱਕੀ ਜੇ ਬੈਠ। ਦੂਸਰਾ ਸੂਆ ਆ, ਬਹੁਤ ਚੰਗੀ ਬਰੀਡ ਬਰੈਡ ਦੀ। ਠੀਕ ਹੈ ਜੀ। ਤੇ ਇਹ ਕਿੰਨਾ ਦੁੱਧ ਚਵਾ ਦੋਗੀ? ਇਹ ਵੀ ਹਰਪ੍ਰੀਤ ਜੀ ਬਹੁਤਾ ਨਹੀਂ, 15-16 ਕਿਲੋ ਦੁੱਧ ਚਵਾਈ ਜਾਊਗੀ, ਗਰਮੀ ਬੜੀ ਹੈ। 15-16 ਲੀਟਰ ਜਿਹੜਾ ਇਹ ਵੀ ਚਵਾਈ ਜਾਊਗੀ? ਜਾਊਗੀ ਬਰੀਡ ਬੜੀ ਹੈ, ਠੰਡੀ ਬੜੀ ਹੈ, ਥਾਂ ਥੋਣ ਬੜਾ ਚੰਗਾ ਜੀ। ਤੇ ਇਹ ਕਿੰਨਾ ਕੁ ਟਾਈਮ ਅਜੇ ਲੱਜ ਸੁਣ 'ਚ? ਇਹ ਲੈ ਜੂਗੀ ਕੋਈ 2-3 ਦਿਨ ਲੈ ਜੂਗੀ, ਹੋਰ ਕਿੰਨੇ ਕੁ ਦਿਨ ਲੱਗ ਜਾਣੇ। ਠੀਕ ਹੈ, ਖੋਲੀਆਂ ਫਿਰ ਤੋਰੀਏ ਕਰੀ ਨਾ। ਚਿਹਰਾ ਦੇਖ ਸਕਦੇ ਇਹਦਾ ਵੀ ਇੱਕ ਵਾਰੀ। ਬਾਕੀ ਕੱਦ ਕਾਠ ਦੀ ਜਿਹੜੀ ਚੰਗੀ ਆ, ਥੱਲੇ ਹਵਾਨਾ ਜਿਹੜਾ ਚੰਗਾ ਤਿਆਰ ਕਰਨ ਦੀ ਆ। ਠੀਕ ਹੈ ਵੀਰ ਜੀ, ਲੈ ਜਾਓ ਜੀ। ਕੰਪੈਕਟ ਜਿਹਾ ਹਵਾਨਾ ਵਾ, ਫਿਕਸ ਜਿਹਾ ਆਰਡਰ ਤਿਆਰ ਕਰਨਾ ਜਿਹੜਾ ਇਹਨੇ। ਦੇਖ ਸਕਦੇ ਜੀ। ਤੇ ਇਹਦਾ ਕੀ ਮੁੱਲ ਜੋ ਵੀਰ ਜੀ? ਫਿਰ ਜੀ ਦਾ ਮੁੱਲ ਤਾਂ ਹੈ 45,000 ਰੁਪਈਆ। ਅੱਛਾ, ਦੇ 43,000 ਦੀ ਦੇਣੀ ਹੈ। 43,000 ਦੀ ਦੇ ਦੋਗੇ? ਕਰ ਦੋਗੇ ਮਾਨ ਉੱਚੋ ਵੀ? ਕਰ ਦਾਂਗੇ ਕੋਈ 1,500 ਰੁਪਈਆ। ਅੱਛਾ, ਇਹਦੇ ਚ ਮਾਨ ਹੋ ਜਾਊਗਾ, ਇਹਦਾ ਫਿਕਸ ਪ੍ਰਾਈਸ ਨਹੀਂ ਹੈ। ਅੱਜ ਦੋਵੇਂ ਫਿਕਸ ਹੀ ਪ੍ਰਾਈਸ ਦੇ, ਕਿਉਂਕਿ ਵਛੀਆਂ ਬੜੀਆਂ ਚੰਗੀਆਂ ਤੇ ਭਾਅ ਬੜੇ ਚੰਗੇ ਕੀਤੇ ਜੀ। ਠੀਕ ਹੈ ਜੀ। ਕੋਈ ਕਾਰੋਬਾਰੀ ਵੀਰ ਖੜਦੇ ਸਾਡੇ ਕੋਲ ਗਾੜੀ, ਉਹਨਾਂ ਰੋਟੀ ਲੈਣੀ ਹੁੰਦੀ ਆ, ਜ਼ਿਆਦਾ ਦੇ ਵੇਚਣ ਵਾਲੇ ਲੈ ਜਾਂਦੇ ਤੁਹਾਡੇ ਕੋਲ ਨਾਲੇ, ਆਪਾਂ ਕੋਈ ਬਹੁਤਾ ਕਮਾਈ ਵਾਲਾ ਸੌਦਾ ਹੀ ਨਹੀਂ ਰੱਖਿਆ। ਠੀਕ ਹੈ ਜੀ। ਹਾਂਜੀ, ਵੈੜਾਂ ਬਿਲਕੁਲ ਸਾਫ਼ ਸੁਥਰੀਆਂ ਜੀ।
ठीक है वीर जी, तसली करके दोवे गबना पास करके है ना, चंगी तरह अपना वेख चाक के फिर कटे। मालक दी कृपा वा, डंगर माड़ा लेंदे ही नहीं। ठीक है, डंगर दा थान चड्डा चंगा लेंदा। हां जी हां जी, बाकी पसंद हुंदी जिहो जे भा आ उस हिसाब नाल चलो वेखिए ते ठीक है ना। बहुत वधिया अज जे भा हरप्रीत जी। ठीक है वीर जी, बहुत बहुत धन्यवाद जी। बाकी कोई वीर आवे इत्थे अपनी तसली करे, वेख चाक के अपनी पसंद करके फिर खड़े जी। हाँ जी दोस्तों, वीडियो पूरा देखने लिए बहुत बहुत धन्यवाद जी।